ਚੈਪ ਪੈ ਜੇ ਅੱਛਾ ਆ ਗੱਡੀ ਚੋਂ ਚੈਪ ਚੋਂ ਕੱਢਣ ਵਾਲਾ ਜੇ ਮੰਨ ਲਓ ਚੈਪ ਪੈ ਜਾਂਦਾ ਵਾ ਹਨਾ ਜਿਵੇਂ ਬਈ ਆ ਏਸੀ ਆ ਹਾਇਰ ਦਾ 1.5 ਟਨ ਦਾ ਤੇ ਇਹ 26,000 ਇਹਦਾ ਪ੍ਰਾਈਸ ਹਾਰਨਾਂ ਦਾ ਕੀ ਪ੍ਰਾਈਸ ਆ ਇਹਨਾਂ ਦਾ ਹਾਂ ਬਈ ਜਿਹੜੇ ਆਹ ਹੈਗੇ ਹੈਗੇ ਹਾਂ ਇਹ ਤਾਂ ਹੈਗੇ 300-300 ਦੇ ਜਿਵੇਂ ਆ ਬੋਸ਼ ਦਾ ਹਾਂ ਤੇ ਆਹ ਜਿਹੜੀਆਂ ਕੋਟੀਆਂ ਬਾਈ ਤੇ ਇਹ 1000 ਰੁਪਏ ਦੀਆਂ 5 ਪੀਸ ਆ ਮੈਡਮ ਇਹ 5 ਪੀਸ ਆ ਜਿਹੜੇ ਇਹ ਕੀ ਪ੍ਰਾਈਸ ਹੋਊਗਾ ਵੀਰੇ ਦਾ ਸਾਈਕਲ ਦਾ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਜਾਣਾ ਬਠਿੰਡੇ ਤੇ ਬਠਿੰਡੇ ਤੁਹਾਨੂੰ ਆਪਾਂ ਦਿਖਾਵਾਂਗੇ ਐਮਾਜ਼ੋਨ ਦਾ ਜਿਹੜਾ ਇੱਕ ਸ਼ੋਰੂਮ ਖੁੱਲਿਆ ਵਾ ਜਿੱਥੇ ਕਿ ਬਹੁਤ ਜ਼ਿਆਦਾ ਡਿਸਕਾਊਂਟ ਚੱਲ ਰਿਹਾ ਵਾ ਅਤੇ ਸਸਤੀਆਂ ਚੀਜ਼ਾਂ ਮਿਲਦੀਆਂ ਤੁਹਾਨੂੰ ਆਪਾਂ ਥੋੜ੍ਹਾ ਸਾਰਾ ਜਿਹੜਾ ਘੁੰਮ ਫਿਰ ਕੇ ਦਿਖਾਵਾਂਗੇ ਫਲਿੱਪਕਾਰਟ ਐਮਾਜ਼ੋਨ ਜੋ ਵੀ ਹੈਗੇ ਹਨਾ ਅਤੇ ਮੰਨ ਕੇ ਚਲੋ ਜੇ 10,000 ਦੀ ਚੀਜ਼ ਆ ਤਾਂ ਤੁਹਾਨੂੰ ਉੱਥੇ ਤਕਰੀਬਨ ਜਿਹੜੀ 4,500 ਦੀ ਮਿਲ ਜੂਗੀ ਮੰਨ ਲਓ ਏ ਸੀ ਜੇ 30,000 ਦਾ ਤੁਹਾਨੂੰ ਉੱਥੋਂ 20-21-22 ਦਾ ਜਿਹੜਾ ਤੁਹਾਨੂੰ ਏ ਸੀ ਮਿਲ ਜੂਗਾ ਇਵੇਂ ਦੀਆਂ ਚੀਜ਼ਾਂ ਉੱਥੇ ਮੰਨ ਲਓ ਸਸਤੀਆਂ ਹੈਗੀਆਂ ਅਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਠਿੰਡੇ ਅਤੇ ਵੀਡੀਓ 'ਚ ਬਣੇ ਰਿਹਾ ਜੋ ਜਿਹੜੇ ਚੈਨਲ 'ਤੇ ਨਵੇਂ ਆ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੋ ਆਪਾਂ ਪਹੁੰਚ ਗਏ ਹਾਂ ਐਮਾਜ਼ੋਨ ਦੇ ਜਿਹੜਾ ਸ਼ੋਰੂਮ 'ਤੇ ਅਤੇ ਇੱਥੋਂ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਅਤੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਬਾਕੀ ਜਿਹੜਾ ਰੇਟ ਆ ਪ੍ਰਾਈਜ਼ ਆ ਜਿਹੜਾ ਉਹ ਕੀ ਆ ਅਤੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸ਼ੋਪ ਦੇ ਵਿੱਚ ਵੜਾਂਗੇ ਜਿਵੇਂ ਬਈ ਆ ਏ ਸੀ ਆ ਹਾਇਰ ਦਾ 1.5 ਟਨ ਦਾ ਅਤੇ ਇਹ 26,000 ਇਹਦਾ ਪ੍ਰਾਈਜ਼ ਅਤੇ ਗਰੰਟੀ ਗਰੁੰਟੀ ਇਹਦੀ ਕੰਪਨੀ ਵੱਲੋਂ ਸਾਲ ਦੀ ਜਿਹੜੀ ਉਹੀ ਹੁੰਦੀ ਸਾਲ ਦੀ ਜਾਂ ਕੰਪਰੈਸਰ ਦੀ ਹੋ ਜਾਂ ਉਹਨਾਂ ਦਾ ਹਨਾ ਅੱਛਾ ਬਿੱਲ ਠੀਕ ਆ ਬਿੱਲ ਦੇਣਗੇ ਨਾਲ ਅਤੇ ਆਹ ਸੈਮਸੰਗ ਦਾ ਹਾਂ ਸੈਮਸੰਗ ਦਾ ਇਹ ਮੈਨੂੰ ਲੱਗਦਾ 2 ਟਨ ਵਾਲਾ ਹੋਊਗਾ ਨਾ ਇਹ ਕੀ ਰੇਟ ਇਹਦਾ ਅੱਛਾ ਇਹ ਜਿਹੜਾ ਸੈਮਸੰਗ ਦਾ ਇਹ ਔਨਲਾਈਨ ਕਿੰਨੇ ਪਰਸੈਂਟ ਹੋਊਗਾ ਮੰਨ ਲਓ ਜੇ ਮੰਨ ਕੇ ਚਲੀ ਗਏ ਜੇ 30 ਅੱਛਾ ਮੰਨ ਕੇ ਚਲੋ 30,000 ਦਾ ਜੇ ਏ ਸੀ ਆ ਤਾਂ 25% ਵਿੱਚੋਂ ਲੈਸ ਹੋ ਜੂਗੀ ਇਹਦੇ ਬਾਈ ਏ ਸੀ ਵੀ ਆ ਜਿਹੜੇ ਡੈਕਨ ਡੁਕਨ ਦੇ ਆ ਜਿਹੜੇ ਟਾਟਾ ਦੇ ਆ ਸਾਰੇ ਤੁਹਾਨੂੰ ਏ ਸੀ ਇੱਥੇ ਪੈਨਾਸੋਨਿਕ ਅਤੇ ਆ ਸਾਰੀਆਂ ਚੀਜ਼ਾਂ ਇੱਥੇ ਬਾਈ ਢੇਰ ਹੀ ਲੱਗੇ ਆ ਤੁਹਾਨੂੰ ਮਿਲ ਜਾਣਗੇ ਆ ਵੇਅਰਪੂਲ ਖਤਾਨ ਆ ਫੋਨਾਂ ਦੀ ਅਸੈਸਰੀ ਅਤੇ ਹੈੱਡਫੋਨ ਅਤੇ ਮੰਨ ਲਓ ਲੈਪਟੋਪ ਦੀ ਜਿਹੜੀ ਅਸੈਸਰੀ ਸਾਰੀ ਗਟਾਰਾਂ ਅਤੇ ਇਹਦੇ ਸਪੋਰਟਸ ਕਿੱਟਾਂ ਪਈਆਂ ਜਿਹੜੀਆਂ ਆ ਜਿਹੜੇ ਬ੍ਰੈਂਡਡ ਕੱਪੜੇ ਆ ਓਨਲੀ ਅਤੇ ਇਹਨਾਂ ਦਾ ਜਿਹੜਾ ਪ੍ਰਾਈਜ਼ ਵੀ ਲਿਖਿਆ ਹੋਇਆ ਵਾ ਇੱਧਰਲੇ ਪਾਸੇ 5 ਪੀਸ 21,000 ਰੁਪਏ ਦੇ ਜਿਹੜੀਆਂ ਕੋਟੀਆਂ ਦੇ 5 ਪੀਸ ਆ 1,000 ਰੁਪਏ ਦੇ ਆ ਅਤੇ ਸਾਹਮਣੇ ਲਿਖਿਆ ਵੀ ਹੋਇਆ ਤਾਂ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਕਿਹਨੇ 900 ਰੁਪਏ ਦਾ ਆਹ 100 ਰੁਪਏ ਦੀ ਆ ਇਹਦੇ ਪ੍ਰਾਈਜ਼ ਲਿਖੇ ਹੋਏ ਵੇ ਇਹਨਾਂ 'ਤੇ ਅਤੇ ਆਹ ਲੇਡੀਜ਼ ਸ਼ਰਟ ਆ ਜਿਹੜੀ ਇਹ ਵੀ 100 ਰੁਪਈਏ ਦੀ ਆ ਅਤੇ ਆਹ ਜਿਹੜੀਆਂ ਕੋਟੀਆਂ ਬਾਈ ਅਤੇ ਇਹ 1,000 ਰੁਪਏ ਦੀਆਂ 5 ਪੀਸ ਆ ਮੈਡਮ ਇਹ 5 ਪੀਸ ਆ ਜਿਹੜੇ ਇਹ ਵੇਖ ਲਓ ਬਾਈ ਵਧੀਆ ਕੋਟੀਆਂ ਪਈਆਂ ਅਤੇ ਆਮ ਜਿਵੇਂ ਅੱਜ ਕੱਲ੍ਹ ਮੁੰਡੇ ਪਾਉਂਦੇ ਆ ਅਤੇ ਆਉਂਦਾ ਕੁਛ ਵੀ ਨਹੀਂ 1,000 ਰੁਪਏ 'ਚ 5 ਪੀਸ ਅਤੇ ਆਹ ਸ਼ਰਟਾਂ ਪਈਆਂ ਇੱਧਰਲੇ ਪਾਸੇ ਆਹ ਵੀ ਸਰਦੀ ਵਾਲੀਆਂ ਟੀ ਸ਼ਰਟਾਂ ਸ਼ਰਟਾਂ ਜੋ ਵੀ ਹੈਗੀਆਂ ਅਤੇ ਆਹ 2 ਪੀਸ 1500 ਦੇ ਬਲੈਕਬੇਰੀ ਅਤੇ ਆਹ ਹੈਗਾ ਮੇਰਾ ਕੋਟ ਅਤੇ ਇੱਧਰਲੇ ਪਾਸੇ ਵੀ ਆਹ ਜਿਹੜੀਆਂ ਸ਼ਰਟਾਂ ਬੱਚਿਆਂ ਵਾਲੇ ਆ ਜਿਵੇਂ ਬੂਟ ਹੋ ਗਏ ਆ ਅਤੇ ਇੱਧਰਲੇ ਪਾਸੇ ਹੈਗੇ ਜਿਵੇਂ ਆਹ ਬੈਗ ਬੂਗ ਤੁਹਾਨੂੰ ਸਾਰੀ ਜਿਹੜੀ ਵਰਾਇਟੀ ਇੱਥੇ ਬਾਈ ਵਧੀਆ ਮਿਲੂਗੀ ਬ੍ਰੈਂਡਡ ਅਤੇ 300 ਦੀ ਜਿਹੜੇ ਜੈਂਟਸ ਆ ਜਿਹੜੇ ਸ਼ੋਰਟਸ ਆ ਇਹ ਵੀ ਇੱਥੇ ਜਿਹੜੇ 300 ਦੇ ਮਿਲਣਗੇ ਇੱਧਰਲੇ ਪਾਸੇ ਬਈ ਏ ਸੀ ਅਲਮਾਰੀਆਂ ਅਤੇ ਆਪਾਂ ਕਰਦੇ ਹਾਂ ਗੱਲਬਾਤ ਇਹਨਾਂ ਨਾਲ ਵੀ ਜਾ ਕੇ ਆਹ ਜਿਹੜੀ ਜੀਪ ਆ ਇਹ ਵੈਸੇ ਤਾਂ ਹੈਗੀ ਆ 2600 ਦੀ ਅਤੇ ਐੱਮ ਆਰ ਪੀ 60% ਜਿਹੜੀ ਔਫ ਆ ਅਤੇ ਉਹ ਲਾ ਕੇ ਅਤੇ ਮੰਨ ਕੇ ਚੱਲੋ 1,000 ਕੁ ਰੁਪਈਏ ਦੀ ਇਹ ਹੈਗੀ ਆ ਵੈਸੇ ਹੈ ਤਾਂ ਛੋਟੇ ਬੱਚੇ ਵਾਸਤੇ ਮੰਨ ਕੇ ਚਲੋ ਬਈ ਸਾਲ ਕੁ ਦਾ ਬੱਚਾ 1.5-2 ਸਾਲ ਤੱਕ 5-6 ਮਹੀਨੇ ਖੇਡੂ ਵੈਸੇ ਅਤੇ ਆਹ ਬਾਈ ਇੱਧਰਲੇ ਪਾਸੇ ਪਈਆਂ ਫਰਿੱਜਾਂ
ਪੈਨਾਸੋਨਿਕ ਦਾ ਹੀ ਸਮਾਨ ਆ ਸਾਰਾ ਹੀ ਆਪਣੇ ਕੋਲੇ ਅੱਡ ਅੱਡ ਦਾ ਸਾਰਾ ਹੀ ਆ ਆਹ ਫਰਿੱਜ ਆ ਆਹ ਐਲ ਜੀ ਦੀਆਂ ਫਰਿੱਜਾਂ ਅਤੇ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਤੁਹਾਨੂੰ ਆਹ ਪਿਛੋ ਵਾਸ਼ਿੰਗ ਮਸ਼ੀਨਾਂ ਵੀ ਮਿਲ ਜਾਣਗੀਆਂ 7.5 ਕਿਲੋ ਵਾਲੀ ਇਹ ਕਿੰਨੇ ਦੀ 12.5 ਦੀ 7.5 ਕਿਲੋ ਵਾਲੀ ਆ ਲਿਖ ਕੇ ਅਤੇ ਹੁਣ ਜਿਹੜੀ 9 ਕਿਲੋ ਵਾਲੀ ਦਾ ਰੇਟ ਵਧਿਆ ਵਾ ਅੱਛਾ ਅੱਛਾ ਅਤੇ ਆਹ ਐਲ ਜੀ ਦੀਆਂ ਫਰਿੱਜਾਂ ਪਈਆਂ ਅਤੇ ਇਹਦਾ ਕੀ ਪ੍ਰਾਈਜ਼ ਆ ਵੀਰੇ ਅੱਛਾ ਮੰਨ ਲਓ ਵੱਡੀ ਆ ਬਾਈ ਪੂਰੀ ਫਰਿੱਜ ਡਬਲ ਆ ਅਤੇ ਮੰਨ ਲਓ ਜਿਵੇਂ ਔਨਲਾਈਨ ਆਪਾਂ ਨੂੰ ਮਿਲਦੀ ਹੈ ਜਿੰਨਾ ਵੀ ਪ੍ਰਾਈਜ਼ ਆ ਮੰਨ ਕੇ ਚਲੋ 20,000 ਆ ਅਤੇ ਉਹ 'ਚੋਂ 25% ਜਿਹੜਾ ਔਫ ਹੋ ਜੂਗਾ ਨਾ ਠੀਕ ਆ ਆਹ ਬਾਈਆਂ ਕੋਲ ਪਈਆਂ ਐਲ ਈ ਡੀਆਂ ਅਤੇ ਜੇ ਮੰਨ ਕੇ ਚੱਲੋ ਸੈਮਸੰਗ ਜਾਂ ਵਨ ਪਲੱਸ ਦੀਆਂ ਜਾਂ ਐੱਮ ਆਈ ਦੀਆਂ ਹੈਗੀਆਂ ਅਤੇ ਵਨ ਪਲੱਸ ਦਾ ਜਿਹੜਾ ਵਨ ਪਲੱਸ ਦਾ ਰੇਟ ਆ ਉਹਨਾਂ ਦਾ ਹੈਗਾ ਵਾ 24,000 ਹਾਂ 50 ਇੰਚੀ 24,000 ਅਤੇ 43 ਇੰਚੀ ਸੈਮਸੰਗ ਦੀ ਉਹ ਕਨਫਰਮ ਨਹੀਂ ਮਤਲਬ ਕਿ ਫਿਰ ਵੀ 16,000 ਦੀ ਹੈ ਨਾ ਠੀਕ ਆ ਇੱਧਰ ਪਏ ਬਾਈ ਪੱਖੇ ਸਾਰੇ ਬਜਾਜ ਵਾਲੇ ਆ ਅਤੇ ਹੈਵਲਸ ਦੇ ਹੈਗੇ ਆ ਕੰਪਨੀ ਦੇ ਆਹ ਨਿੱਕੇ ਨਿੱਕੇ ਕੂਲਰ ਪਏ ਆ ਘਰੇ ਲਾਉਣ ਵਾਸਤੇ ਪੱਖੇ ਪਏ ਆ ਆਹ ਬੱਚਿਆਂ ਵਾਲੇ ਖੇਡਣ ਵਾਲੇ ਉਹ ਪੀਪੇ ਜੇ ਇੱਧਰਲੀ ਸ਼ੋਪ 'ਤੇ ਹੈਗਾ ਪੈਨਾਸੋਨਿਕ ਦਾ ਜਿਹੜਾ ਸਮਾਨ ਆਹ ਘਰੇ ਆਮ ਵਰਤੀਆਂ ਜਾਣ ਵਾਲੀਆਂ ਪੌੜੀਆਂ ਕੀ ਪ੍ਰਾਈਜ਼ ਹੈ ਵੀਰੇ ਦਾ ਹੈ ਇਹਨਾਂ ਸਾਰੀਆਂ ਦਾ ਮੰਨ ਲਓ ਆਹ ਹੈਗੀ ਆ 3600 ਦੀ ਕਿਹੜੀ ਆਹ ਇਹ 4000 ਦੀ ਆ ਬਾਈ ਊ ਵੈਸੇ ਹੈਵੀ ਚੀਜ਼ ਆ ਅਤੇ ਆਹ ਜਿਹੜੇ ਕੱਪੜੇ ਸੁਕਾਉਣ ਵਾਲੇ ਸ਼ਿਕੰਜੇ ਜੇ ਅਤੇ ਇਹ ਜਿਹੜੇ ਸਟੈਂਡ ਆ ਇਹ ਵੀ ਇੱਥੇ ਹੈਗੇ ਆ ਜਰਾਬਾਂ ਜਰੂਬਾਂ ਪਈਆਂ ਆਹ ਕੀ ਕੀ ਰੇਟ ਆ ਵੀਰੇ ਜਰਾਬਾਂ ਦੇ ਇਹਨਾਂ ਦਾ ਹੈ 100 ਰੁਪਏ ਇਹ ਤਾਂ ਫਰਾਮ ਹੀ ਚੱਲੀ ਜਾਂਦਾ ਬੜਾ ਕੁਛ ਪਿਆ ਵਾ ਇੱਥੇ ਗੱਦੇ ਅਤੇ ਹੋਰ ਜਿਹੜਾ ਫੁੱਟਬਾਲ ਕੀ ਹੋ ਗਿਆ ਵਗੈਰਾ ਵਗੈਰਾ ਸੀਟਾਂ ਦੇ ਜਿਹੜੇ ਆ ਕਵਰ ਜੇ ਹੁੰਦੇ ਆ ਮਣਕਣੇ ਵਾਲੇ ਆਹ ਜੇ ਮੰਨ ਲਓ ਮੋਟਰਸਾਈਕਲ ਚਲਾਉਣਾ ਉਹਨਾਂ ਵਾਸਤੇ ਜਿਹੜਾ ਆਹ ਦਸਤਾਨੇ ਦਸਤੂਨੇ ਜੇ ਪਏ ਆ ਠੀਕ ਹੈ ਯਾਰ ਵਧੀਆ ਚੀਜ਼ ਆ ਨਾ ਰੇਟ ਰੂਟ ਪੁੱਛੀ ਚਲੋ ਨਾਲ ਨਾਲ ਬਾਈ ਏ ਟੂ ਜੈਡ ਜਿਹੜਾ ਸਾਰਾ ਕੁਛ ਇੱਥੇ ਮਿਲ ਜੂਗਾ ਆਪਾਂ ਹੈਲਮਟ ਪਏ ਆ ਜਿਵੇਂ ਆਹ ਪਏ ਜਿੰਮ ਵਾਲੇ ਡੰਬਲ ਅਤੇ ਆਹ ਜਿਵੇਂ ਗਮਲੇ ਹੋ ਗਏ ਆ ਪਲਾਸਟਿਕ ਦੇ ਇੱਧਰਲੇ ਪਾਸੇ ਆ ਟੈਚੀ ਪਏ ਆ ਇਹਨਾਂ ਦਾ ਕੀ ਔਫ ਚੱਲਦਾ ਇਹਨਾਂ ਦਾ ਵੀ ਹੈਗਾ ਕੋਈ ਕਿੰਨੇ ਪਰਸੈਂਟ ਹੈ 65-70% ਜਿਹੜੀ ਇਹਦੀ ਔਫ ਆ ਅਤੇ ਆਹ ਬੱਚਿਆਂ ਦੀਆਂ ਖੇਡਣ ਵਾਲੀਆਂ ਗੰਨਾਂ ਹੀ ਆ ਯਾਰ ਆਹ ਸੀਟਾਂ ਦੇ ਜਿਹੜੇ ਮਗਰਲੇ ਪਾਸੇ ਢੋ ਲਾਉਣ ਵਾਲੇ ਗੱਦੇ ਜਾਂ ਮੰਨ ਲਓ ਗੱਦੀਆਂ ਕਹਿ ਦਿੰਦੇ ਹਾਂ ਅਤੇ ਇਹ ਵੀ ਇੱਥੇ ਹੈਗੀਆਂ ਟੈਡੀ ਬੀਅਰ ਹੋ ਗਏ ਅਤੇ ਹੋਰ ਜਿਹੜਾ ਲੇਡੀਜ਼ ਸਮਾਨ ਆ ਜਿਹੜਾ ਉਹ ਵੀ ਇੱਥੇ ਮਿਲ ਜੂਗਾ ਹੈਂ ਅੱਛਾ ਇਹ ਮੈਂ ਛੈਣੀਆਂ ਤੁਹਾਡੇ ਟੂਲ ਆ ਜਿਹੜੇ ਟੂਲ ਬੋਕਸ ਆ ਉਹ ਵੀ ਬਾਈ ਤੁਹਾਨੂੰ ਇੱਥੇ ਮਿਲ ਜਾਣਗੇ ਚਾਬੀਆਂ ਪਾਨੇ ਜਿਹੜੇ ਵੀ ਹੈਗੇ ਆ ਨਾ ਕੀ ਇਹਨਾਂ ਟੂਲ ਦਾ ਕੀ ਹੁੰਦਾ ਰੇਟ ਇਹਦਾ ਵੈਸੇ ਕਿੰਨੇ ਦਾ ਇਹ ਹੈਂ ਹਾਂਜੀ ਜਿਵੇਂ ਇਹਦੀ ਐਮ ਆਰ ਪੀ ਹੈਗੀ ਕਿ ਆਪਾਂ 4500 ਹਾਂਜੀ ਚੁੱਕੇ ਨੇ 5500 ਹਾਂਜੀ ਇਹ ਤੁਹਾਨੂੰ 3000 ਦਾ 40% ਓਕੇ ਅਤੇ ਆਹ ਦੇਖ ਲਓ ਛੇ ਸੌ ਦੀਆਂ ਆਹ ਹਰੀਆਂ ਦੀਆਂ ਕਜਾਡਾਂ ਦੀਆਂ ਕਿੰਨੇ ਦੀਆਂ ਇਹ 600 ਰੁਪਏ ਦੀ 2000 ਐਮ ਆਰ ਪੀ ਅੱਛਾ ਅੱਛਾ ਠੀਕ ਹੈ 600 ਆਹ ਬਾਈ ਲੀਡਾਂ ਹੈ ਨਹੀਂ ਡਰਿੱਲ ਅੱਛਾ ਅੱਛਾ ਡਰਿੱਲ ਠੀਕ ਆ ਵੈਸੇ ਹੈਗੀ 2000 ਦੀ ਮਤਲਬ ਕਿ 600 ਦੀ ਹੈ ਠੀਕ ਓਕੇ ਓਕੇ ਆਹ ਦੇਖ ਲਓ ਬਾਈ ਬਹੁਤ ਕੁਛ ਪਿਆ ਵਾ ਨਿੱਕੇ ਨਿੱਕੇ ਪੱਖੇ ਜਿਹੇ ਪਏ ਆ ਜਿਹੜੇ ਆਪਣੇ ਲਾਉਣ ਵਾਸਤੇ ਗੱਡੀਆਂ ਦੇ ਵਿੱਚ ਆਹ ਹਾਰਨ ਪਏ ਆਹ ਹਾਰਨਾਂ ਦਾ ਕੀ ਪ੍ਰਾਈਜ਼ ਆ ਇਹਨਾਂ ਦਾ ਹਾਰਨ ਬਈ ਜਿਹੜੇ ਆਹ ਹੈਗੇ ਹੈਗੇ ਹਾਂ ਇਹ ਤਾਂ ਹੈਗੇ 300-300 ਦੇ ਜਿਵੇਂ ਆ ਬੋਸ਼ ਦਾ ਹਾਂ ਇਹ 1200 ਦਾ ਜੋੜਾ ਠੀਕ ਬਾਕੀ ਹੋਰ ਵੀ ਲੈਸ ਹੋ ਜਾਂਦਾ ਇਹਨਾਂ 'ਤੇ ਮਤਲਬ ਬਾਹਰੋਂ ਲਈਏ ਤਾਂ ਕਿੰਨੇ ਕੁ ਦਿੰਦੇ ਇਹ ਬਾਹਰੋਂ ਇਹਨਾਂ ਦੀ 2400 ਐੱਮ ਆਰ ਪੀ ਆ
ਅੱਛਾ ਰੂਟ ਸਾਲਿਆਂ ਦੀ 2500 ਐਮ ਐਨ ਪੀ 1400 ਦੀ ਅੱਛਾ ਠੀਕ ਆ ਵੀਰੇ ਓਕੇ ਓਕੇ ਆ ਦੇਖ ਲਓ ਬਾਈ ਜੀ ਇੱਥੇ ਬਹੁਤ ਕੁਛ ਮੰਨ ਲਓ ਮਿਲਦਾ ਵਾ ਹਰ ਇੱਕ ਏ ਟੂ ਜੈਡ ਜਿਹੜੀ ਸਾਰੀ ਚੀਜ਼ ਮਿਲ ਜੂਗੀ ਹਾਂਜੀ ਹਾਂ ਫੋਗ ਜਿਹੜੀਆਂ ਲਾਈਟਾਂ ਲੂਟਾਂ ਜਿਹੜੀਆਂ ਤੁਹਾਨੂੰ ਜਾਂ ਹੋਰ ਮੰਨ ਲਓ ਆਹ ਮੋਟਰਸਾਈਕਲ ਵਾਲਾ ਸਮਾਨ ਆ ਜਿਹੜਾ ਅਸੈਸਰੀ ਇਹ ਵੀ ਤੁਹਾਨੂੰ ਇੱਥੇ ਮਿਲ ਜੂਗੀ ਇਧਰਲੇ ਪਾਸੇ ਵੀ ਆ ਜਿਹੜੇ ਜਿਮ ਵਾਲੇ ਆ ਬੋਤਲਾਂ ਜਾਂ ਪਾਣੀ ਰੱਖਣ ਵਾਸਤੇ ਗਰਮ ਠੰਡੀਆਂ ਇਹ ਵੀ ਇੱਥੇ ਹੈਗੀਆਂ ਬਈ ਸਮਾਨ ਬਹੁਤ ਆ ਆਹ ਵੇਖ ਲਓ ਜਿਹੜਾ ਰਸੋਈ ਵਾਲਾ ਸਮਾਨ ਆ ਭਾਂਡੇ ਟੀਂਡੇ ਅਤੇ ਇਹ ਵੀ ਤੁਹਾਨੂੰ ਇੱਥੇ ਪਲਾਸਟਿਕ ਦਾ ਸਮਾਨ ਆ ਅਤੇ ਚੀਨੀਆਂ ਦਾ ਸਮਾਨ ਜਿਵੇਂ ਗਲਾ ਪਲੇਟਾਂ ਹੋ ਗਈਆਂ ਹੋਰ ਵਗੈਰਾ ਵਗੈਰਾ ਜਿਹੜਾ ਤੁਹਾਨੂੰ ਸਾਰਾ ਇੱਥੇ ਮਿਲ ਜੂਗਾ ਅਤੇ ਇੱਧਰਲੇ ਪਾਸੇ ਹੈਗੇ ਆ ਬੂਟ ਸ਼ੂਟ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇੱਧਰਲੇ ਪਾਸੇ ਆ ਜਿਵੇਂ ਪਲਾਸਟਿਕ ਆ ਟੋਕਰੀਆਂ ਅਤੇ ਆ ਬੂਟ ਜੋੜੇ ਵੀ ਜਿਹੜੇ ਇੱਥੇ ਪਏ ਆ ਅਤੇ ਇਹਨਾਂ ਦੇ ਪ੍ਰਾਈਜ਼ ਵੀ ਲਿਖੇ ਹੋਏ ਵੈਸੇ ਤਾਂ ਐੱਮ ਆਰ ਪੀ ਕਿੰਨਾ 17,595 50% ਲੈਸ ਕਿਹੜੀ ਕੰਪਨੀ ਦੇ ਇਹ ਅੱਛਾ ਜਾਣੀ ਕਿੰਨੇ ਦੇ ਇਹ ਪੈ ਗਏ ਇਹ ਪੈ ਜਾਣਗੇ ਤੁਹਾਨੂੰ 7,500 ਦੇ 17,600 ਐੱਮ ਆਰ ਪੀ ਠੀਕ ਆ ਔਨਲਾਈਨ ਇੰਨੇ ਦੀ ਹੈ ਓਕੇ ਓਕੇ ਠੀਕ ਆ ਇਹ ਸਾਰੇ ਰੀਜਨਲ ਹੀ ਆ ਕਿ ਮਤਲਬ ਕਾਪੀ ਵੀ ਲੱਗੀ ਹੋਈ ਆ ਸਾਰੇ ਜੈਨੂਅਨ ਅੱਛਾ ਠੀਕ ਆ ਗੱਡੀ ਚੋ ਚੈਬ ਚੁਬ ਕੱਢਣ ਵਾਲਾ ਜੇ ਮੰਨ ਲਓ ਚੈਬ ਪੈ ਜਾਂਦਾ ਵਾ ਹਨਾ ਲਾ ਕੇ ਤੇ ਖਿੱਚ ਲੈਂਦੇ ਹਨਾ ਪੈਸੇ ਆ ਸਾਰੀ ਜਿਹੜੀ ਮੋਟਰਸਾਈਕਲਾਂ ਦੀ ਅਸੈਸਰੀ ਇੱਥੇ ਪਈ ਆ ਇੱਧਰ ਪਏ ਬਈ ਆ ਕੂਲਰ ਅਤੇ ਆਹ ਅਲਮਾਰੀਆਂ ਹੀ ਆ ਅਤੇ ਮੇਜ਼ ਮੂਜ ਪਏ ਆ ਆਹ ਜਿਮ ਵਾਲਾ ਸਮਾਨ ਆ ਇਹ ਹੈਗੀਆਂ ਪਲਾਸਟਿਕ ਦੀਆਂ ਅਲਮਾਰੀਆਂ ਕੁਰਸੀਆਂ ਆਹ ਵੀ ਸੁਪਰੀ ਕੰਪਨੀ ਦੇ ਦਾ ਤੁਹਾਨੂੰ ਜਿਹੜਾ ਸਮਾਨ ਮਿਲੂਗਾ ਬਹੁਤ ਮਜ਼ਬੂਤ ਆਹ ਜਿਹੜੀ ਕੁਰਸੀ ਆ ਆਹ ਬੈਗ ਪਏ ਆ ਜੀ ਅਤੇ ਬੈਗ 'ਤੇ ਜਿਹੜਾ ਜਾਂ ਇਹਨਾਂ 'ਤੇ 75% ਔਫ ਆ ਅਤੇ ਇੱਧਰਲੇ ਪਾਸੇ ਆ ਜਿਹੜੀਆਂ ਫਰਿੱਜਾਂ ਹੋ ਗਈਆਂ ਆਪਾਂ ਰੱਖਦੇ ਹਾਂ ਠੰਡੇ ਕਰਨ ਵਾਸਤੇ ਜਾਂ ਆਪਣੇ ਦੁਕਾਨਾਂ 'ਤੇ ਪਈਆਂ ਹੁੰਦੀਆਂ ਆਹ ਸੀਟਾਂ ਪਈਆਂ ਕੁਰਸੀਆਂ ਹੈਗੀਆਂ ਆਹ ਸਾਈਕਲ ਪਏ ਬਾਈ ਅਤੇ ਸਾਈਕਲ ਵੀ ਵਧੀਆ ਕੰਪਨੀ ਦੇ ਬਾਕੀ ਮਾੜੀ ਮੋਟੀ ਜਿਹੜੀ ਇਹਦੀ ਸੈਟਿੰਗ ਸੂਟਿੰਗ ਕਰਾਉਣੀ ਪੈਣੀ ਤੁਹਾਨੂੰ ਕਿਉਂਕਿ ਇਹ ਨਾ ਇਹ ਸਮਾਨ ਫਿਰ ਇੱਥੇ ਥੋੜ੍ਹਾ ਜਿਹਾ ਲੱਗਾ ਲੁੱਗਾ ਮਾੜਾ ਮਿਲਦਾ ਵਾ ਅਤੇ ਪਰ ਚੀਜ਼ ਵਧੀਆ ਹੋਊਗੀ ਰੀਜਨਲ ਚੀਜ਼ ਹੋਊਗੀ ਅਤੇ ਕੀ ਪ੍ਰਾਈਜ਼ ਹੋਊਗਾ ਵੀਰੇ ਇਹਦਾ ਸਾਈਕਲ ਦਾ ਪਤਲੇ ਟਾਇਰਾਂ ਵਾਲਾ 8,400 ਦਾ ਬਣੂਗਾ 8,000 ਯਾਨੀ ਕਿ 8,000 ਦੇ ਨੇੜ ਤੇੜ ਲਗਭਗ ਬਣ ਜੂਗਾ ਇਹ ਸਾਈਕਲ 80% ਔਫ ਆ ਬਾਈ ਉਹ ਸਾਹਮਣੇ ਲਿਖਿਆ ਹੋਇਆ ਵਾ ਅਤੇ ਫਲਿੱਪਕਾਰਟ ਆ ਰਹੇ ਐਮਾਜੋਨ ਆ ਲੇਡੀ ਸਮਾਨ ਅਤੇ ਹੋਰ ਫੇਸ ਵਾਸ਼ ਵਗੈਰਾ ਵਗੈਰਾ ਪ੍ਰੈਸਾਂ ਪਰੂਸਾਂ ਬਾਈ ਊਸ਼ਾ ਦੀਆਂ ਊਸ਼ਾ ਕੰਪਨੀ ਹੈਵਲਸ ਅਤੇ ਓਰੀਐਂਟ ਦਾ ਸਮਾਨ ਕੰਪਨੀ ਦਾ ਤੁਹਾਨੂੰ ਸਮਾਨ ਮਿਲੂ ਵਧੀਆ ਬਾਈ ਆ ਕੱਪ ਕੁੱਪ ਜੇਕਰ ਕਿਸੇ ਨੇ ਇਸ ਮਾਰਕੀਟ ਦੇ ਵਿੱਚ ਆਉਣਾ ਤਾਂ ਨਹਿਰਾਂ ਕੋਲ ਆ ਕੇ ਜਾਂ ਮੰਨ ਕੇ ਚੱਲੋ ਝੀਲਾਂ ਕੋਲ ਆ ਕੇ ਜਦੋਂ ਆਪਾਂ ਗਿੱਦੜਵਾਲ ਰੋਡ ਜਾਂਦਾ ਵਾ ਥਰਮਲ ਪਲਾਟ ਦੇ ਸਾਹਮਣੇ ਦੀ ਅਤੇ ਉਸ ਰੋਡ 'ਤੇ ਥਰਮਲ ਪਲਾਟ ਜਿਹੜੇ ਕ੍ਰੋਸ ਕਰਕੇ ਉਸ ਤੋਂ 400-500 meters ਦੀ ਦੂਰੀ 'ਤੇ ਅੱਗੇ ਜਿਹੜਾ ਸੱਜੇ ਹੱਥ 'ਤੇ ਮਾਰਕੀਟ ਆ ਕਿਸੇ ਨੂੰ ਪੁੱਛ ਲਿਆ ਜੋ ਐਮਾਜੋਨ ਦਾ ਸ਼ੋਰੂਮ ਅਤੇ ਤੁਹਾਨੂੰ ਇੱਥੇ ਪਹੁੰਚਦਾ ਕਰ ਦੇਣਗੇ ਸੋ ਅੱਜ ਦੀ ਵੀਡੀਓ ਆਪਣੀ ਜਿਹੜੀ ਇੱਥੇ ਸਮਾਪਤ ਆ ਜਿਹੜੇ ਚੈਨਲ 'ਤੇ ਨਵੇਂ ਵੀਰ ਆ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਅੱਜ ਦੀ ਸਤਿ ਸ਼੍ਰੀ ਅਕਾਲ ਜੀ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।